गुरु नानक देव हस्पताल दे विच नर्सां दे वल्लों हस्पताल प्रशासन अते पंजाब सरकार दे खिलाफ जंग के नारेबाजी की जा रही थी, विरोध प्रदर्शन किया जा रहा है। नर्सिंग स्टाफ का कहना है कि उन्होंने वह चीज़ा मुहैया नहीं करवाईया जा रही जो कि कोरोना वायरस के पीड़ित मरीजों के इलाज के लिए होनिया चाहिए ने। नर्सिंग स्टाफ का कहना है उन्होंने को ना तो मास्क ने ना ही सैनीटाइजर ना ही पीपी किट। जिक्र खास है कि जिहड़े काम सरकारां नूं करने चाहिए सन हुण उह कुछ संस्थावां कर रही ने। इस खबर नूं सुनदे सार ही जागो पंजाब संस्था दे मनदीप सिंह मन्ना ने पहले अमृतसर दे गुरु नानक हस्पताल दे विच पहुंच के सुरक्षा लई सारा समान नर्सां नूं दित्ता अते एक बार फिर तो दूसरी बार जागो पंजाब संस्था ने अमृतसर दे गुरु नानक हस्पताल दे विच पहुंच के नर्सां नूं सारा जरूरत दा समान मुहैया करवाया। इस मौके ते जागो पंजाब संस्था दा कहना सी कि उहनां दे वल्लों जो भी जरूरत दा समान नर्सां नूं चाहिदा है उह दित्ता जावेगा। ਹਾਂਜੀ ਇਹ ਪਰਸੋਂ ਜਿਹੜਾ ਅਸੀਂ ਇੱਥੇ ਆਏ ਸੀਗੇ ਇਹਨਾਂ ਦੀਆਂ ਲੋੜਾਂ ਨੂੰ ਵੇਖਦੇ ਹੋਏ ਉਸ ਦਿਨ ਅਸੀਂ ਐਲਾਨ ਕੀਤਾ ਸੀਗਾ ਕਿ ਇਹਨਾਂ ਨੂੰ ਜੇ ਮੌਤ ਦੇ ਮੂੰਹ 'ਚ ਰਹਿੰਦੀਆਂ ਨੇ ਤੇ ਇਹਨਾਂ ਨੂੰ ਜਿਹੜੀ ਪ੍ਰੋਟੈਕਟਿਵ ਕਿੱਟ ਹੈ ਇਹਨਾਂ ਦੀ ਉਹ ਮੁਹੱਈਆ ਕਰਾਈ ਜਾਊਗੀ। ਉਹ ਅੱਜ ਜਦੋਂ ਮੈਂ ਪਰਸੋਂ ਅਪੀਲ ਕੀਤੀ ਸੀ ਤੇ ਸ਼ਹਿਰ 'ਚ ਬਹੁਤ ਦਾਨੀ ਸੱਜਣ ਨੇ, ਅੱਜ ਮੈਨੂੰ ਕਿਸੇ ਪਰਿਵਾਰ ਦਾ ਕੱਲ ਫੋਨ ਆਇਆ ਸੀਗਾ ਕਿ ਸਾਡੇ ਵੱਲੋਂ ਜਿੰਨੀ ਵੀ ਕੀਮਤ ਹੈ 50 ਕਿੱਟਾਂ ਅਸੀਂ ਉਹਨਾਂ ਨੂੰ ਕਿਹਾ ਸੀ ਜੀ ਆਹ ਬੰਦੇ ਤੋਂ ਮਿਲਦੀਆਂ ਨੇ ਤੇ ਇੰਨੇ ਦੀ ਕਿੱਟ ਹੈ ਤੁਸੀਂ ਲੈ ਕੇ ਦੇ ਦਿਓ। 50 ਕਿੱਟਾਂ ਉਹਨਾਂ ਲੈ ਕੇ ਦਿੱਤੀਆਂ, 20 ਉਹਦੇ ਵਿੱਚੋਂ ਇਹਦਾ ਆਰਡਰ ਦੇ ਦਿੱਤਾ ਸੀਗਾ, 20 ਦੇਣ ਆ ਗਏ ਆ। ਇਹਨਾਂ ਨੂੰ 11 ਰੋਜ਼ ਚਾਹੀਦੀਆਂ ਹੁੰਦੀਆਂ ਨੇ, ਬਾਕੀ ਕਿੱਟਾਂ ਇਹਨਾਂ ਨੂੰ ਨਾਲ ਦੀ ਨਾਲ ਜਿਸ ਦਿਨ ਜਿੱਦਣ ਲੋੜ ਹੋਈ ਉਹ ਪਹੁੰਚਦੀਆਂ ਕੀਤੀਆਂ ਜਾਣਗੀਆਂ। ਸਮਾਨ ਦੇ ਦੁੱਖੋਂ ਇਹਨਾਂ ਨੂੰ ਨਹੀਂ ਮਰਨ ਦਿੱਤਾ ਜਾਊਗਾ, ਇਹਨਾਂ ਨੂੰ ਬਿਲਕੁਲ ਸਮਾਨ ਦਾ ਜਿਹੜਾ ਭੈ ਸੀਗਾ ਉਹ ਇਹਨਾਂ ਨੂੰ ਭੈ ਮੁਕਤ ਕੀਤਾ ਜਾਊਗਾ। ਗਲਵਸ, ਸੈਨੇਟਾਈਜ਼ਰ, ਕਿੱਟਸ ਜੋ ਜੋ ਇਹਨਾਂ ਨੂੰ ਚਾਹੀਦਾ, ਅੱਜ ਇਹਨਾਂ MP ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ, ਉਹਨਾਂ ਨੇ ਪਰਸੋਂ ਇਹਨਾਂ ਨੂੰ ਸਮਾਨ ਮੁਹੱਈਆ ਕਰਨ ਦਾ ਜਿਹੜਾ ਵਾਅਦਾ ਕੀਤਾ, ਜੇ ਉਹ ਪਰਸੋਂ ਤੱਕ ਆਊਗਾ, ਨਹੀਂ ਤਾਂ ਜੋ ਮੰਗ ਪੱਤਰ 'ਚ ਸਮਾਨ ਲਿਖਿਆ ਅਸੀਂ ਇਹਨਾਂ ਨੂੰ ਉਹ ਵੀ ਮੁਹੱਈਆ ਕਰਾਵਾਂਗੇ। ਕਿੱਟਾਂ ਲੋੜ ਆ ਜੀ ਉਹਨਾਂ ਨੂੰ, ਇਹਨਾਂ ਨੂੰ ਮੈਨੂੰ ਪਤਾ ਲੱਗਾ ਸੀਗਾ ਕਿ 7 ਦਿਨੇ 4 ਰਾਤ ਨੂੰ ਚਾਹੀਦੀਆਂ ਹੁੰਦੀਆਂ ਨੇ, 11 ਡੇਲੀ ਰੱਖਦੀਆਂ ਨੇ, 20 ਅੱਜ ਅਸੀਂ ਇਹਨਾਂ ਕੋਲ ਲੈ ਆਏ ਆ, ਆਰਡਰ ਅਸੀਂ 50 ਦਾ ਕੀਤਾ ਆ। ਮੇਰੀ ਇਹ ਤੁਹਾਨੂੰ ਮਤਲਬ ਹੈ ਕਿ ਜਿੰਨੀਆਂ ਵੀ ਇਹਨਾਂ ਨੂੰ ਰਿਕੁਆਇਰਮੈਂਟ ਹੋਏਗੀ ਇਹ ਸਾਨੂੰ ਦੱਸ ਦਿਆ ਕਰਨਗੇ, ਅਗਲੇ ਦਿਨ ਇਹਨਾਂ ਨੂੰ ਅਸੀਂ ਪੁੱਜਦੀਆਂ ਕਰ ਦਿਆ ਕਰਾਂਗੇ। ਹਾਂਜੀ, ਅੱਜ ਮੰਨਾ ਭਾਜੀ ਵੱਲੋਂ ਤੁਹਾਨੂੰ ਕਿੱਟਾਂ ਦਿੱਤੀਆਂ ਗਈਆਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਭਾਜੀ ਮਨਦੀਪ ਦਾ ਬਹੁਤ ਪਿਆਰ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲਾਂ ਸਾਡੇ ਤੱਕ ਅਪਰੋਚ ਕੀਤੀ, ਸਾਡੇ ਕਹਿਣ ਤੇ ਅਕੋਮੋਡੇਸ਼ਨ ਦਾ ਅਰੇਂਜਮੈਂਟ ਕੀਤਾ, ਤੇ ਜਿਹਦੇ ਨਾਲ ਸਾਡਾ ਇੱਕ ਪਾਸੇ ਸੌਖ ਦਾ ਸਾਹ ਆਇਆ ਕਿ ਅਸੀਂ ਪਰਿਵਾਰ ਵਿੱਚ ਨਾ ਜਾ ਕੇ ਉੱਥੇ ਥੋੜੀ ਦੇਰ ਰਹਿ ਸਕਦੇ ਹਾਂ ਤੇ ਪ੍ਰੋਪਰ ਆਪਣੇ ਫੈਮਿਲੀ ਨੂੰ ਵੀ ਲੁੱਕ ਆਫਟਰ ਕਰ ਸਕਦੇ ਹਾਂ, ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ। ਇਸ ਤੋਂ ਇਲਾਵਾ ਮੈਂ ਅੱਜ ਭਾਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੀ ਮੰਗ ਦੇ ਉੱਤੇ ਐਮਰਜੈਂਸੀ ਵਾਰਡ ਵਾਸਤੇ ਜਿਹਨੇ ਕਿ ਰੋਜ਼ 12 ਕਿੱਟਾਂ ਦੀ ਰਿਕੁਆਇਰਮੈਂਟ ਸੀਗੀ ਉੱਥੇ ਸਾਨੂੰ ਨਹੀਂ ਸੀ ਮਿਲ ਰਹੀਆਂ, ਉਹਨਾਂ ਵਾਸਤੇ ਪਹੁੰਚ ਕੀਤੀ ਹੈ ਤੇ ਪਹੁੰਚਾਈਆਂ, ਤੇ ਕਹਿ ਰਹੇ ਨੇ ਕਿ ਜਦੋਂ ਤੱਕ ਸਾਨੂੰ ਸਰਕਾਰੀ ਫੰਡ ਵਿੱਚ ਉਹ ਕਿੱਟਾਂ ਪ੍ਰੋਵਾਈਡ ਨਹੀਂ ਹੋਣਗੀਆਂ ਜਦੋਂ ਤੱਕ ਉਦੋਂ ਤੱਕ ਰੋਜ਼ ਸਾਨੂੰ ਇੰਨੀਆਂ ਕਿੱਟਾਂ ਦੀ ਸਪਲਾਈ ਦਿੱਤੀ ਜਾਏਗੀ। ਮੈਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਆਪਣੇ ਪੂਰੇ ਕੇਡਰ ਵੱਲੋਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਸਰਕਾਰ ਦੀ ਨਜ਼ਰ ਵਿੱਚ ਇਹ ਮੁੱਦੇ ਨੂੰ ਲਿਆਂਦਾ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।